ਸਾਸ਼ੂਏ ਕਾਲਜੀ ਤੁਹਾਡਾ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ ਆਪਣਾ ਜਿਹੜਾ ਪੀਟਟਾ ਆ ਤੁਹਾਡਾ ਉਹਦੇ ਰਿਗਾਰਡਿੰਗ ਉਹਦਾ ਸਿਲੇਬਸ ਲੈ ਕੇ ਆਏ ਆ ਤੁਹਾਡੇ ਲਈ ਸਿਲੇਬਸ ਜਿਹੜਾ ਹੈਗਾ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਹੋ ਚੁੱਕਿਆ ਜੀ ਪੀਟਟ ਦੇ 23 ਦਾ ਸਿਲੇਬਸ ਹੈ ਇਹ ਠੀਕ ਹੈ ਜੀ ਜਿਹਦੇ ਵਿੱਚ ਤੁਹਾਡਾ ਪੇਪਰ 1 ਤੇ ਪੇਪਰ 2 ਦਾ ਸਿਲੇਬਸ ਹੈ ਦੇਖੋ ਜੀ 3 ਨੰਬਰ ਦੀ ਸੀਡੀਪੀ ਹੋਣ ਵਾਲੀ ਹੈ ਲੈਂਗੁਏਜ ਪੰਜਾਬੀ 3 ਨੰਬਰ ਦੀ ਲੈਂਗੁਏਜ ਇੰਗਲਿਸ਼ ਹੈ ਜਿਹੜੀ ਇਹ ਵੀ 3 ਨੰਬਰ ਦੀ ਹੈ ਮੈਥਮੈਟਿਕਸ 3 ਨੰਬਰ ਦਾ ਹੈ এনवायरमेंट ਸਟੱਡੀਜ਼ 3 ਨੰਬਰ ਦੀ ਇਹ ਤੁਹਾਡੇ ਮਤਲਬ ਅਕੋਰਡਿੰਗ ਟੂ ਸਬਜੈਕਟਸ ਨੇ ਐਸਐਸਟੀ ਵਾਲਿਆਂ ਨੂੰ ਮੈਥ ਸਾਇੰਸ ਦੀ ਜ਼ਰੂਰਤ ਨਹੀਂ ਹੁੰਦੀ ਜੀ ਸੋ ਇਹ ਫਸਟ ਪੇਪਰ ਹੈਗਾ ਜਿਹੜਾ ਆਪਾਂ ਪਹਿਲਾਂ ਗੱਲ ਕਰਕੇ ਛੱਡਿਆ ਸੋ ਇਹ ਪੇਪਰ ਸੈਕੰਡ ਹੈ ਜੀ ਪੇਪਰ ਸੈਕੰਡ ਖਾਸ ਕਰਕੇ ਆਪਣੇ ਨਾਲ ਸਾਥੀ ਜੁੜੇ ਹੋਏ ਨੇ ਸ਼ੇਮੀ 8ਵੀਂ ਤੱਕ ਦੀ ਮਤਲਬ ਐਲੀਮੈਂਟਰੀ ਸਟੇਜ ਦਾ ਪੇਪਰ ਹੁੰਦਾ ਹੈ ਜਿਹੜੇ ਫਰੈਸ਼ਰ ਨੇ ਉਹਨਾਂ ਦੇ ਲਈ ਜਾਣਕਾਰੀ ਹੈ ਇਹਦੇ ਵਿੱਚ ਸੀਡੀਪੀ 3 ਨੰਬਰ ਦੀ ਆਊਗੀ ਜੀ ਤੁਹਾਨੂੰ ਸਾਈਕੋ ਲੈਂਗੁਏਜ ਪੰਜਾਬੀ 3 ਨੰਬਰ ਦੀ ਹੋਵੇਗੀ ਲੈਂਗੁਏਜ ਕੰਪਲਸਰੀ ਇੰਗਲਿਸ਼ ਹੈ ਜਿਹੜੀ ਇਹ ਵੀ 3 ਨੰਬਰ ਦੀ ਹੋਵੇਗੀ ਮੈਥਮੈਟਿਕਸ ਸਾਇੰਸ ਜਿਨ੍ਹਾਂ ਦਾ ਟੀਚਿੰਗ ਸਬਜੈਕਟ ਹੋ ਰਿਹਾ ਉਹ 60 ਨੰਬਰ ਦੀ ਹੋਵੇਗੀ ਤੇ ਜਿਨ੍ਹਾਂ ਦਾ ਟੀਚਿੰਗ ਸਬਜੈਕਟ ਐਸਐਸਟੀ ਹੈ ਜੀ ਉਹਨਾਂ ਦੇ ਲਈ ਵੀ ਇਹ 60 ਨੰਬਰ ਦੀ ਆਉਣ ਵਾਲੀ ਹੈ ਸੋ ਜਿਹੜੇ ਐਸਐਸਟੀ ਪੰਜਾਬੀ ਕੰਬੀਨੇਸ਼ਨ ਵਾਲੇ ਨੇ ਉਹ 메ਨ ਫੌਕਸ ਹੈ ਜਿਹੜਾ ਪੰਜਾਬੀ ਤੇ ਐਸਐਸਟੀ ਤੇ ਕਰਨ 90 ਨੰਬਰ ਦੀ ਪਈ ਹੈ ਇਹਦੇ ਵਿੱਚੋਂ ਜੇਕਰ ਤੁਸੀਂ ਮਤਲਬ ਹੈਗਾ 70 ਨੰਬਰ ਤੋਂ 80 ਨੰਬਰ ਲੈਨੇ ਹੋ ਤਾਂ ਤੁਹਾਡਾ ਟਟਾ ਆਰਾਮ ਨਾਲ ਤਿਆਰ ਹੋ ਜਾਊਗਾ ਸੋ ਸਾਈਕੋ ਤੇ ਜ਼ਿਆਦਾ ਟੈਨਸ਼ਨ ਜਾਂ ਦਿਮਾਗ ਲਾਉਣ ਦੀ ਜ਼ਰੂਰਤ ਨਹੀਂ ਹੈ ਜੀ ਇਹ ਤੁਹਾਡਾ ਐਗਜ਼ਾਮ ਹੈ ਜਿਹੜਾ ਉਹ ਕ੍ਰੈਕ ਹੋਣਾ ਰਹਿ ਜਾਵੇਗਾ ਬਾਕੀ ਦੇ ਸਬਜੈਕਟ ਇੰਗਲਿਸ਼ ਜਿਹੜਾ ਹੈਗਾ ਪੰਜਾਬੀ ਤੇ ਐਸਐਸਟੀ ਦੇ ਸਬਜੈਕਟ ਤੇ ਜਿਹੜਾ ਤੁਹਾਡਾ ਆ ਗਿਆ ਕੰਬੀਨੇਸ਼ਨ ਮੈਸ ਸਾਇੰਸ ਹਨ ਉਹਨਾਂ ਸਬਜੈਕਟਾਂ ਤੇ ਫੋਕਸ ਕਰੋ ਤੁਹਾਡਾ ਐਗਜ਼ਾਮ ਹੈ ਜਿਹੜਾ ਉਹ ਕ੍ਰੈਕ ਹੋ ਜਾਵੇਗਾ ਸੋ ਇਹ ਸਾਰੀ ਡਿਟੇਲ ਹੈ ਜੀ ਆਪਾਂ ਟੈਲੀਗ੍ਰਾਮ ਲਿੰਕ ਦੇ ਵਿੱਚ ਦੇ ਦਾਂਗੇ ਤੁਹਾਨੂੰ ਸਲੇਵਸ ਉੱਥੋਂ ਤੁਸੀਂ ਇਹਨੂੰ ਡਾਊਨਲੋਡ ਕਰ ਲਿਓ ਬਾਕੀ ਵੈਬਸਾਈਟ ਤੇ ਵੀ ਪਿਆਮ ਵਿਭਾਗ ਦੀ ਤੇ ਸੋ ਇਹ ਤੁਹਾਨੂੰ ਜਾਣਕਾਰੀ ਦੇਣੀ ਸੀਗੀ ਅਪਲਾਈ ਦੀ ਲਾਸਟ ਡੇਟ 28 ਫਰਵਰੀ ਹੈ ਜੀ ਜਿਹੜੇ ਵੀ ਸਾਥੀਆਂ ਨੇ ਟੈਟ ਦੇ ਵਿੱਚ ਖਾਸ ਕਰਕੇ ਜਿਹੜਾ ਹੈਗਾ ਹਿਸਟਰੀ ਤੇ ਸਵਿਕਸ ਉਦੇ ਨੋਟਸ ਲੈਣੇ ਹੋਣ ਤਾਂ Google Play Store ਤੋਂ ਆਪਣੀ ਐਪ ਡਾਊਨਲੋਡ ਕਰ ਲਓ ਜੀ GNDS Academy ਉਹਦੇ ਵਿੱਚ ਜਿਹੜਾ ਤੁਹਾਨੂੰ ਇਹ ਸਟਡੀ ਮਟੀਰੀਅਲ ਮਿਲੂਗਾ ਜੀ GNDS Academy ਐਪ ਦੇ ਵਿੱਚੋਂ ਤੁਹਾਨੂੰ ਸਟਡੀ ਮਟੀਰੀਅਲ ਮਿਲੂਗਾ ਨੌਨ ਪ੍ਰਿੰਟੇਬਲ ਹੋਊਗਾ ਇਹ ਹਿਸਟਰੀ ਤੇ ਸਵੈਕਸ ਦਾ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਦੇ ਵੀ ਤੁਹਾਨੂੰ ਟਰਾਈ ਕਰਾਂਗੇ ਕਿ ਉਹ ਪ੍ਰੋਵਾਈਡ ਕਰਵਾਈਏ ਓਨਲੀ ਨੋਟਸ ਸੋ ਬੈਚ ਵਗੈਰਾ ਹਲੇ ਤੱਕ ਕੋਈ ਸਟਾਰਟ ਨਹੀਂ ਹੋ ਰਿਹਾ ਜਦੋਂ ਵੀ ਹੋਵੇਗਾ ਤੁਹਾਨੂੰ ਕੋਈ ਨਾ ਕੋਈ ਇਨਫੋਰਮੇਸ਼ਨ ਜ਼ਰੂਰ ਦੇ ਦਾਂਗੇ ਜੀ ਠੀਕ ਹੈ ਕਿਉਂਕਿ ਟਾਈਮ ਬਹੁਤ ਸੀਮਿਤ ਹੈ ਖਾਸ ਕਰਕੇ ਤੁਸੀਂ ਸੈਲਫ ਸਟਡੀਜ਼ ਤੇ ਫੋਕਸ ਕਰੋ ਲੁਈਸ ਐਂਟ ਅਰੀਹਾਂਤ ਠੀਕ ਹੈ ਜੀ ਇਹ ਬੁੱਕਸ ਨੂੰ ਪੜੋ ਇਹਨਾਂ ਤੇ ਫੋਕਸ ਕਰੋ ਤੇ ਬਾਕੀ ਜਿਹੜੀਆਂ ਮਤਲਬ ਟਟਲੀਆਂ ਬੁੱਕਸ ਆਉਂਦੀਆਂ ਨੇ ਠੀਕ ਹੈ 21 ਸੈਂਚਰੀ ਖਾਸ ਕਰਕੇ ਉਹਨੂੰ ਪੜੋ ਤੁਸੀਂ ਜੀ ਅੱਗੇ ਤੁਹਾਡਾ ਇਹ ਪੇਪਰ 2 ਹੈ ਜੀ ਠੀਕ ਹੈ ਇਹ ਸਾਰੀ ਡਿਟੇਲ ਮਤਲਬ ਤੁਹਾਨੂੰ ਜਿਹੜੀ ਹੈਗੀ ਹੈ ਸਲੇਵਸ ਦੀ ਆਲੂ ਵਰਸਨ ਇਹ ਪ੍ਰੋਵਾਈਡ ਕਰਵਾ ਦਾਂਗੇ ਟੈਲੀਗ੍ਰਾਮ ਲਿੰਕ ਜੁਆਇਨ ਕਰ ਲਓ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਜੀ ਟੈਲੀਗ੍ਰਾਮ ਲਿੰਕ ਤੇ WhatsApp ਗਰੁੱਪ ਦਾ ਲਿੰਕ ਉਹਨਾਂ ਨੂੰ ਜੁਆਇਨ ਕਰ ਲਓ ਜੀ ਤੁਸੀਂ ਇਹ ਫੁੱਲੀ ਡਿਟੇਲ ਆ ਸਾਰੀ ਜਿੰਨੀ ਵੀ ਹੈ ਤੁਹਾਡੀ ਸਾਰੇ ਟੌਪਿਕਸ ਦੀ ਸੋ ਇਹ ਤੁਹਾਡੇ ਲਈ ਇਨਫੋਰਮੇਸ਼ਨ ਸੀਗੀ ਜੀ ਪਲੀਜ਼ ਕਲਾਸ ਨੂੰ ਆਪਣੀ ਨੂੰ ਇਸ ਨੂੰ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰੋ ਹੋਰ ਸਾਥੀਆਂ ਦੇ ਨਾਲ ਸੋ ਜੇਕਰ ਤੁਸੀਂ ਗੱਲ ਕਰੋਗੇ ਹਿਸਟਰੀ ਦੀ ਤਾਂ ਹਿਸਟਰੀ ਦੇ ਵਿੱਚ ਦੇਖੋ ਕਾਫੀ ਈਜ਼ੀ ਆ ਸਿਲੇਬਸ ਆ ਹੈ ਠੀਕ ਹੈ ਟੱਟ ਦਾ ਇਦੇ ਵਿੱਚ ਵਿਨ ਵੇਅਰ ਹਾਊ ਆ ਗਿਆ अर्लीस्ट सोसाइटी ਆ ਗਿਆ ਫਰਸਟ ਫਾਰਮ ਆ ਗਿਆ ਫਰਸਟ ਸਿਟੀ ਆ ਗਿਆ अर्लीस्ट ਸਟੇਟਸ ਆ ਗਿਆ ਨਿਊ ਆਈਡੀਆਜ਼ ਆ ਗਿਆ ਟੋਟਲੀ ਐਨਸੀਆਰਟੀ ਤੇ ਫੋਕਸ ਕਰ ਲੋ ਸਾਰਾ ਸਿਲੇਬਸ ਕਵਰ ਹੋ ਜਾਊਗਾ ਉਹਦੇ ਵਿੱਚ ਠੀਕ ਹੈ ਜੀ ਅੱਗੇ ਪੰਜਾਬ ਬੋਰਡ ਦੀਆਂ ਬਾਕੀ ਬੁੱਕਸ ਐ ਉਹਨਾਂ ਨੂੰ ਵੀ ਤੁਸੀਂ ਜਿਹੜਾ ਹੈਗਾ ਫੋਕਸ ਕਰ ਲੋ ਜੇਕਰ ਟਾਈਮ ਘੱਟ ਹੈ ਤੇ ਤੁਹਾਡੇ ਕਨਸੈਪਟਾਂ ਤੇ ਪਕੜ ਹੈਗੀ ਐ ਤਾਂ ਫਿਰ ਤੁਸੀਂ ਲੋਈਸੈਂਟ ਤੇ ਰਿਹਾਂਤ ਨੂੰ ਫੋਕਸ ਕਰੋ ਜੀ ਤੁਹਾਡੀ ਜਿਹੜੀ ਐਸਐਸਟੀ ਆ ਉਹ ਕ੍ਰੈਕ ਹੋ ਜਾਊਗੀ ਗਾਰੰਟੀ ਐ ਤੇ ਜਿਹੜਾ ਤੁਹਾਡਾ ਹੈਗਾ ਪੰਜਾਬੀ ਦਾ ਵੀ ਤੁਸੀਂ ਬੋਰਡ ਦੀਆਂ ਕਿਤਾਬਾਂ ਨੂੰ ਜਿਹੜਾ ਹੈਗਾ ਫੋਲੋ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਡਾ ਇਸ ਜੀਓਗ੍ਰਾਫੀ ਹੈ ਜਿਹੜੀ NCERT ਤੇ ਬੋਰਡ ਦੀਆਂ ਕਿਤਾਬਾਂ ਨੂੰ ਫੋਕਸ ਕਰ ਸਕਦੇ ਹੋ ਸੋ ਬਾਕੀ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਜਲਦ ਲੈ ਕੇ ਆਵਾਂਗੇ ਸੋ ਟੈਟਾ ਜਿਹੜਾ ਉਹ ਆਰਟ ਐਂਡ ਕ્રાਫਟ ਦਾ ਵੀ ਸਲਿਪਸ ਆਇਆ ਹੋਇਆ ਉਹਦੀ ਵੀਡੀਓ ਵੀ ਜਲਦ ਅਪਲੋਡ ਕਰ ਦਾਂਗੇ ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕਸ ਫॉर ਵਾਚਿੰਗ